ਨਕੋਦਰ ਦੇ ਨਾਲ ਲੱਗਦੇ ਪਿੰਡ ਲਿੱਤਰਾਂ ਵਿਖੇ ਸ਼ਮਸ਼ਾਨ ਘਾਟ 'ਚੋਂ ਇੱਕ 17 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ, ਜਿਸ ਦੀ ਪਹਿਚਾਣ ਪਰਮਵੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਨੂੰ ਪਿੰਡ ਸੰਘੇ ਜਗੀਰ ਦੇ ਦੋ ਲੜਕੇ ਘਰੋਂ ਲੈ ਕੇ ਗਏ ਸਨ ਅਤੇ ਉਹਨਾਂ ਨੂੰ ਸ਼ੱਕ ਹੈ ਕਿ ਉਕਤ ਲੜਕਿਆਂ ਨੇ ਹੀ ਪਰਮਵੀਰ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਮਾਰਿਆ ਹੈ। ਸੁਖਵਿੰਦਰ ਸਿੰਘ ਜੀ ਭਤੀਜਾ ਜੀ ਸਾਡਾ ਤਰਨਜੀਤ ਸਿੰਘ ਸੇਵਿਲ ਸਕੂਲ ਦੇ ਇੱਥੇ ਪੜ੍ਹਦਾ ਸੀਗਾ 10ਵੀਂ ਕਲਾਸ ਦੇ ਵਿੱਚ। ਵੀ ਉਹ ਮਤਲਬ ਘਰੇ ਨਹੀਂ ਆਇਆ, ਤੁਸੀਂ ਇੱਕ ਆਇਓ, ਅਸੀਂ ਪਿੰਡ ਚਲ ਜਾਂਦੇ ਹਾਂ। ਪਿੰਡ ਜਾ ਕੇ ਅਸੀਂ ਸਾਰੀ ਦਿਹਾੜੀ ਲੱਭਦੇ ਹਾਂ, ਸਾਨੂੰ ਲੱਭਦਾ ਨਹੀਂ ਗਾ, ਸਾਰੇ ਉਹਦੀ ਜਿਹੜੇ ਯਾਰ ਦੋਸਤਾਂ ਨੂੰ ਪਤਾ ਕਰਦੇ ਹਾਂ। ਜਦੋਂ ਅਸੀਂ ਪਿੰਡ ਪਹੁੰਚਦੇ ਹੀ ਹਾਂ ਸਾਨੂੰ ਫੋਨ ਆਉਂਦਾ ਆ ਵੀ ਕੋਈ ਕਿਸੇ ਲੜਕੇ ਦੀ ਲਾਸ਼ ਉੱਥੇ ਪਈ ਆ ਸ਼ਮਸ਼ਾਨ ਘਾਟ ਦੇ ਵਿੱਚ। ਜਦੋਂ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਤਾਂ ਉਹ ਸਾਨੂੰ ਇਹ ਮਤਲਬ ਹੁੰਦਾ ਵੀ ਸਾਡੇ ਇਹ ਭਤੀਜੇ ਦੀ ਲਾਸ਼ ਸੀ। ਉਦੋਂ ਬਾਅਦ ਸਾਨੂੰ ਇਹ ਪਤਾ ਲੱਗਦਾ ਆ ਵੀ ਕੋਈ ਐਤਵਾਰ ਮਤਲਬ 11:30 ਵਜੇ ਇਸ ਸੰਘਰਸ਼ ਜੀਤ ਦੇ ਦੋ ਲੜਕੇ ਆ, ਰਣਜੀਤ ਸਿੰਘ ਜੀਤਾ ਅਤੇ ਅਰਸ਼ਲ ਸੰਘੇ ਜਗੀਰ ਦੇ ਹੈਗੇ ਦੋਨੇ, ਇਹ ਇਹਨੂੰ ਨਾਲ ਲੈ ਕੇ ਗਏ ਆ, ਇਹਨੂੰ ਨਾਲ ਲੈ ਕੇ ਗਿਆ ਗਿਆ। ਉਦੋਂ ਬਾਅਦ 'ਚ ਕੁਛ ਨਹੀਂ ਪਤਾ ਲੱਗਾ, ਉਦੋਂ ਬਾਅਦ 'ਚ ਅਸੀਂ ਇਹੀ ਦੇਖਦੇ ਹਾਂ ਵੀ ਉਹਦੀ ਬੋਡੀ ਉੱਥੇ ਪਈ ਆ ਅਤੇ ਸਾਨੂੰ ਸ਼ੱਕ ਆ ਵੀ ਇਹਨਾਂ ਨੇ ਕੁਛ ਇਹਨੂੰ ਦੇ ਕੇ ਸਾਡੇ ਮੁੰਡੇ ਨੂੰ ਪਤਾ ਨਹੀਂ ਕੀ ਦੇ ਕੇ ਤਾਂ ਇਹਨੂੰ ਉੱਥੇ ਸੱਟਿਆ ਆ ਮੁੜ ਕੇ ਬਾਅਦ ਵਿੱਚ। ਅਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਹ ਚੀਜ਼ ਦਾ ਪੂਰਾ ਇਨਸਾਫ ਮਿਲਣਾ ਚਾਹੀਦਾ ਆ। ਇਹ ਸਾਨੂੰ ਕੁਛ ਨਹੀਂ ਪਤਾ ਵੀ ਇਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ, ਇਹਦੇ ਬਾਰੇ ਹੁਣ ਮਤਲਬ ਪੁਲਿਸ ਸਾਨੂੰ ਇਹ ਕਹਿ ਤਾਂ ਰਹੀ ਆ ਵੀ ਚਲੋ ਤੁਹਾਡਾ ਪੂਰਾ ਇਨਸਾਫ ਕਰਾਂਗੇ ਅਸੀਂ, ਵੀ ਅਸੀਂ ਜਿਹੜੇ ਦੋਸ਼ੀ ਆ ਪੂਰੇ ਫੜ ਕੇ ਅਸੀਂ ਤੁਹਾਨੂੰ ਪੂਰਾ ਇਨਸਾਫ ਦੇਵਾਂਗੇ। ਬਾਕੀ ਹੁਣ ਦੇਖੋ ਹੁਣ ਜੇ ਕੰਮਗੇ ਤਾਂ ਚਲੋ ਬਹੁਤ ਵਧੀਆ ਜੀ। ਇਹਦਾ ਬਾਰੇ ਜੀ ਸਾਨੂੰ ਪਤਾ ਨਹੀਂ, ਕੋਈ ਕਹਿੰਦੇ ਇਹ ਵੀ ਆ ਵੀ ਇਹ ਕਰਦੇ ਆ ਇਹ, ਹੁਣ ਇਹਦੇ ਬਾਰੇ ਤਾਂ ਹੁਣ ਮਤਲਬ ਇਹੀ ਗੱਲ ਕਰਨਗੇ ਜਿੱਦਾਂ ਪੁਲਿਸ ਵਾਲੇ ਦੇਖਣਗੇ ਇਹਨਾਂ ਨੂੰ ਫੜ ਕੇ ਵੀ ਕੀ ਕਰਦੇ ਆ, ਜਾਂ ਇਹਨਾਂ ਦੀ ਕੋਈ ਸਿਸਟਮ ਇੱਦਾਂ ਆ, ਜਾਂ ਇਹਨਾਂ ਨੇ ਉੱਦਾਂ ਕੁਝ ਦੇ ਕੇ ਇਹਨੂੰ ਮਾਰਿਆ ਆ, ਇਹਦੇ ਬਾਰੇ ਕੁਛ ਅਜੇ ਪਤਾ ਨਹੀਂ। ਮ੍ਰਿਤਕ ਨੌਜਵਾਨ ਦੀ ਦਾਦੀ ਨੇ ਪੁਲਿਸ ਪਾਸੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਬਲਵੀਰਪੁਰ ਪਤਾ ਨਹੀਂ ਉਹਨੂੰ ਲੈ ਗਏ ਮੁੰਡੇ ਨੂੰ, ਮੈਨੂੰ ਤਾਂ ਪਤਾ ਨਹੀਂ ਉਹਦਾ ਉਮਰ ਥੋੜ੍ਹੀ ਸੀ ਅਜੇ ਉਹਦੀ ਇੱਕ ਜੀਤਾ ਆ ਸੰਘਿਆਂ ਦਾ, ਇੱਕ ਉਹਦਾ ਸਾਥੀ ਆ। ਉਸ ਤੋਂ ਬਾਅਦ ਸਾਨੂੰ ਉਹਦੀ ਬੋਡੀ ਮਿਲੀ ਸੀ ਸ਼ਮਸ਼ਾਨ ਘਾਟ 'ਚੋਂ, ਫਿਰ ਪਰਮਵੀਰ ਪੁਲਿਸ ਕਾਰਵਾਈ 302 ਦਾ 304 ਦਾ ਲਾਇਆ ਉਹਨਾਂ ਨੇ, 302 ਦਾ ਚਾਹੀਦਾ ਲਾਉਣਾ, ਫਾਂਸੀ ਦੀ ਸਜ਼ਾ ਹੋਵੇ ਮੇਰੇ ਪੁੱਤ ਦੇ ਕਾਤਲਾਂ ਨੂੰ। ਉੱਧਰ ਸਬ ਇੰਸਪੈਕਟਰ ਥਾਣਾ ਨਕੋਦਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਨੂੰ ਲੈ ਕੇ 304 ਦਾ ਮਾਮਲਾ ਦਰਜ ਕੀਤਾ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਕ ਲੜਕਾ ਪਰਮਵੀਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਲਿੱਤਰਾਂ ਕਰੀਬ 11 ਵਜੇ ਘਰੋਂ ਗਿਆ ਸੀਗਾ, ਜੋ ਘਰ ਨਾ ਆਇਆ ਅਤੇ ਨੈਕਸਟ ਡੇ ਉਹਦੀ ਭਾਲ ਕਰਨੀ ਸ਼ੁਰੂ ਕੀਤੀ ਉਹਦੇ ਘਰਦਿਆਂ ਨੇ ਅਤੇ ਉਹਦੀ ਡੈੱਡ ਬੋਡੀ ਪਿੰਡ ਦੇ ਸ਼ਮਸ਼ਾਨ ਘਾਟ 'ਚੋਂ ਮਿਲੀ ਆ। ਅਤੇ ਉਹਨਾਂ ਵੱਲੋਂ ਘਰਦਿਆਂ ਵੱਲੋਂ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਇਹਨੂੰ ਦੋ ਲੜਕੇ, ਇੱਕ ਹਰਸ਼ਲ ਅਤੇ ਇੱਕ ਰਣਜੀਤ ਸਿੰਘ ਜੀਤਾ, ਜੋ ਪਿੰਡ ਸੰਘੇ ਜਗੀਰ ਦੇ ਰਹਿਣ ਵਾਲੇ ਆ, ਉਹ ਇਹਨੂੰ ਨਾਲ ਲੈ ਕੇ ਗਏ ਸੀਗੇ ਅਤੇ ਜੋ ਬਾਅਦ ਵਿੱਚ ਉਸਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਅਤੇ ਉਹਦੀ ਡੈੱਡ ਬੋਡੀ ਸ਼ਮਸ਼ਾਨ ਘਾਟ 'ਚ ਸੁੱਟ ਗਿਆ। ਲੜਕਾ ਕਰੀਬ 17 ਸਾਲ ਦੀ ਏਜ ਹੈ ਜੀ, ਰੂਪ ਉਹਨਾਂ ਦਾ ਮੰਮੀ ਡੈਡੀ ਤਾਂ ਬਾਹਰ ਹੈ ਲੜਕੇ ਦੇ ਜੀ, ਉਹਨਾਂ ਦੇ ਸ਼ਰੀਕੇ 'ਚੋਂ ਇੱਕ ਚਾਚਾ ਲੱਗਦਾ ਸੁਖਵਿੰਦਰ ਸਿੰਘ ਸਨ ਆਫ ਗੁਰਮੁਖ ਸਿੰਘ, ਉਹਨਾਂ ਦੇ ਬਿਆਨ 'ਤੇ FIR ਦਰਜ ਕਰਕੇ ਕਾਰਵਾਈ ਸ਼ੁਰੂ ਕਰਤੀ ਆ, ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ। 304-201-34 ਆਈ ਪੋਸਟਮਾਰਟਮ ਕਰਵਾ ਕੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਏਗਾ, ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਭੱਜੇ ਨੇ ਜੀ, ਘਰਾਂ ਤੋਂ ਭੱਜੇ।